ਪੰਜਾਬ ਦੇ ਐਡਵੋਕੇਟ ਜਨਰਲ ਅਮਰਪ੍ਰੀਤ ਸਿੰਘ ਦਿਓਲ ਦਾ ਅਸਤੀਫਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਨਜ਼ੂਰ ਕਰ ਲਿਆ ਗਿਆ। ਦਿਓਲ ਨੂੰ ਬੀਤੇ ਮਹੀਨੇ ਹੀ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਲਗਾਇਆ ਗਿਆ ਸੀ, ਪਰ ਨਵਜੋਤ ਸਿੱਧੂ ਦੇ ਵੱਡੇ ਵਿਰੋਧ ਕਰਕੇ ਉਹਨਾਂ ਤੋਂ 1 ਨਵੰਬਰ ਨੂੰ ਅਸਤੀਫਾ ਲੈ ਲਿਆ ਗਿਆ ਸੀ, ਜੋ 9 ਦਿਨਾਂ ਬਾਅਦ ਮੰਗਲਵਾਰ ਨੂੰ ਮਨਜ਼ੂਰ ਕਰ ਲਿਆ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਐਡਵੋਕੇਟ ਜਨਰਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ, ਤਾਂ ਇਸ ਦੇ ਨਾਲ ਹੀ ਬੁੱਧਵਾਰ ਨੂੰ ਨਵੇਂ ਐਡਵੋਕੇਟ ਜਨਰਲ ਨੂੰ ਤੈਨਾਤ ਕਰ ਦਿੱਤਾ ਜਾਏਗਾ। ਉਹਨਾਂ ਨੇ ਦੱਸਿਆ ਕਿ ਐਡਵੋਕੇਟ ਜਨਰਲ ਦਾ ਅਸਤੀਫਾ ਮਨਜ਼ੂਰ ਕਰਦੇ ਹੋਏ ਪੰਜਾਬ ਦੇ ਰਾਜਪਾਲ ਨੂੰ ਭੇਜ ਦਿੱਤਾ ਗਿਆ ਤਾਂ ਕਿ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ। ਇੱਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਦੱਸਿਆ ਕਿ ਪੰਜਾਬ ਦੇ DGP ਨੂੰ ਲੋਨ ਸੰਬੰਧੀ ਪੈਨਲ ਜਿਵੇਂ ਹੀ UPSC ਤੋਂ ਵਾਪਸ ਆਏਗਾ ਤਾਂ ਉਸ ਤੋਂ ਬਾਅਦ ਨਵੇਂ DGP ਨੂੰ ਵੀ ਲਗਾ ਦਿੱਤਾ ਜਾਏਗਾ। ਇਸ ਦੇ ਨਾਲ ਇਹ ਸਾਡੇ ਅੱਜ ਦੇ ਐਲਾਨ ਹੈ ਜਿਹੜੇ ਕਿ ਅਸੀਂ ਵੱਡੀ ਰਾਹਤ ਪੰਜਾਬ ਦੇ ਲੋਕਾਂ ਨੂੰ ਦਿੱਤੀ ਹੈ। ਸਾਡੇ ਐਡਵੋਕੇਟ ਜਨਰਲ ਸਾਹਿਬ ਨੇ, ਤੁਹਾਨੂੰ ਤੁਸੀਂ ਜਾਣਦੇ ਹੋ, ਕਾਫੀ ਦਿਨਾਂ ਤੋਂ ਅਸਤੀਫਾ ਦਿੱਤਾ ਹੋਇਆ ਸੀ। ਅੱਜ ਕੈਬਨਿਟ ਨੇ ਉਹਨੂੰ ਮਨਜ਼ੂਰ ਕਰ ਲਿਆ। ਗਵਰਨਰ ਸਾਹਿਬ ਕੋਲ ਭੇਜਾਂਗੇ, ਜਦੋਂ ਅੱਜ ਹੀ ਸ਼ਾਇਦ ਪਾਸ ਹੋ ਜਾਏਗਾ, ਕੱਲ੍ਹ ਨੂੰ ਅਸੀਂ ਨਵਾਂ ਐਡਵੋਕੇਟ ਜਨਰਲ ਲਗਾਵਾਂਗੇ। ਇਸ ਤੋਂ ਇਲਾਵਾ DGP ਦੀ ਜਿਹੜੀ ਪੋਸਟਿੰਗ ਹੈ, ਜਿੰਨੇ 30 ਸਾਲ ਤੋਂ ਉੱਪਰ ਦੇ ਹੈ, ਇਹ ਕਾਨੂੰਨ ਹੈ, ਜਿਨ੍ਹਾਂ ਦੀ 30 ਸਾਲ ਨੌਕਰੀ ਹੋ ਗਈ ਹੈ, ਉਹਨਾਂ ਦਾ ਅਸੀਂ ਆਲਰੇਡੀ ਭੇਜ ਚੁੱਕੇ ਸਾਰਿਆਂ ਦੇ ਨਾਮ, ਸਾਤੋਂ ਸਾਰਿਆਂ ਦੇ ਨਾਮ ਮੰਗੇ ਗਏ ਹੈ। ਉਹਨਾਂ ਵਿੱਚੋਂ ਇੱਕ ਪੈਨਲ ਬਣਾ ਕੇ ਕੇਂਦਰ ਸਰਕਾਰ ਭੇਜੇਗੀ, ਉਹ ਪੈਨਲ ਵਿੱਚੋਂ ਅਸੀਂ DGP ਨਵਾਂ ਲਗਾਵਾਂਗੇ। ਜਿਹੜਾ ਪੈਨਲ ਆਏਗਾ, ਇਹ ਪਹਿਲਾਂ ਤੋਂ ਇੱਕ ਪ੍ਰਿੰਸੀਪਲ ਹੀ ਕਲੀਅਰ ਹੋਇਆ ਹੋਇਆ। ਸੋ ਮੈਂ ਤੁਹਾਡਾ ਧੰਨਵਾਦੀ ਹਾਂ। ਦੇਸ਼ ਵਿਦੇਸ਼ ਕੇ ਤਮਾਮ ਖਬਰੋਂ ਸੇ ਜੁੜੇ ਰਹਿਣੇ ਕੇ ਲੀਏ ਸਬਸਕ੍ਰਾਈਬ ਕਰੀਏ ਸੱਚ ਕਹੂੰ, ਔਰ ਬੈਲ ਆਇਕਨ ਪ੍ਰੈਸ ਕਰਕੇ ਪਾਏ ਹਰ ਲੇਟੈਸਟ ਅਪਡੇਟ ਸਭ ਸੇ ਪਹਿਲੇ।